ਸ਼ਹਾਦਤ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਲਈ ਸ਼ਾਂਤੀ ਦਾ ਹਰ ਰਾਹ ਬੰਦ ਹੋ ਚੁੱਕਾ ਸੀ ਆਪ ਜੀ ਨੇ ਫਰਮਾਇਆ ਚੂਕਾਰ ਅਸ ਹਮਾ ਹੀਲਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ ਜਦੋਂ ਸਭ ਹੀਲੇ ਨਾਕਾਮ ਹੋ ਜਾ ਤਾਂ ਤਲਵਾਰ ਉਠਾਉਣੀ ਜਾਇਜ਼ ਹੈ ਉਹਨਾਂ ਨੇ ਜ਼ੁਲਮ ਦੇ ਖਿਲਾਫ ਬਗਾਵਤ ਕਰ ਦਿੱਤੀ ਤੇ ਪੰਜ ਪਿਆਰੇ ਸਾਜ ਕੇ ਖਾਲਸਾ ਪੰਥ ਸਜਾ ਦਿੱਤਾ ਜ਼ੁਲਮ ਦੇ ਵਿਰੁੱਧ ਲੜਦਿਆਂ ਪਿਤਾ ਦੀ ਕੁਰਬਾਨੀ ਦਿੱਤੀ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਵਿੱਚ ਕੱਚੀ ਗੜੀ ਵਿੱਚ ਸ਼ਹੀਦ ਹੋ ਗਏ ਦੋ ਛੋਟੇ ਮਾਸੂਮ ਬੱਚੇ ਨੀਹਾਂ ਵਿੱਚ ਚਿਣਵਾ ਦਿੱਤੇ ਗਏ ਮਾਤਾ ਜੀ ਦੀ ਕੁਰਬਾਨੀ ਦਿੱਤੀ ਇਸ ਤਰ੍ਹਾਂ ਹਿੰਦੂ ਧਰਮ ਤੋਂ ਆਪਣਾ ਸਾਰਾ ਬੰਸ਼ ਨਿਛਾਵਰ ਕਰ ਦਿੱਤਾ ਪਰ ਭਾਰਤ ਵਿੱਚੋਂ ਜ਼ਾਲਮ ਰਾਜ ਦੀਆਂ ਜੜ੍ਹਾਂ ਹਮੇਸ਼ਾ ਲਈ ਉਖਾੜ ਦਿੱਤੀਆਂ गुरु गोविंद ने फिर हाल का पंथ सजाया हाल का पंथ सजाया सवा सवा लख नाल ओस ने एक एक सिंह लड़ाया पानी तो तिरहाए पानी तो तिरहाए उस पुत्रा दिया लाशा उत्ते कफन तीक ना पाए कफन तीक ना पाए ओ सुला दी तेज ते सुत्ता एक अलबेला देश धर्म तो बारे पुत चारे दे चारे एदा देश धर्म तो बारे पुत चारे दे चारे महल शहीदी देओ बन गए चारे लाल मुनारे ਨਾਨਕ ਜਗਨੁ ਤਾਰਨ